ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਏ1 ਟਰਬਨ ਟ੍ਰੇਨਿੰਗ ਸੈਂਟਰ ਦੇ ਅਫੀਸ਼ੀਅਲ ਯੂਟਿਊਬ ਵੈਰੀਫਾਈਡ ਚੈਨਲ ਦੇ ਵਿੱਚ, ਵਰਲਡ ਦਾ ਪਹਿਲਾ ਵੈਰੀਫਾਈਡ ਟਰਬਨ ਟ੍ਰੇਨਿੰਗ ਚੈਨਲ। ਵੈਲਕਮ ਟੂ ਟਿਪ ਆਫ ਦਾ ਡੇ। ਟਿਪ ਆਫ ਦਾ ਡੇ ਵਿੱਚ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਜਿਹੜੇ ਮੇਰੇ ਵੀਰ ਪੱਗ ਬੰਨ੍ਹ ਨੇ ਮੋਰਨੀ ਅਤੇ ਉਹ ਕਨਵਰਟ ਕਰਨਾ ਚਾਹੁੰਦੇ ਨੇ ਉਹਨੂੰ ਪਟਿਆਲਾ ਸ਼ਾਹੀ ਦੇ ਵਿੱਚ। ਸੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮੋਰਨੀ ਪੱਗ ਨੂੰ, ਬੰਨੀ ਬਣਾਈ ਪੱਗ ਨੂੰ ਤੁਸੀਂ ਪਟਿਆਲਾ ਸ਼ਾਹੀ ਪੱਗ ਦੇ ਵਿੱਚ ਕਿੱਦਾਂ ਕਨਵਰਟ ਕਰ ਸਕਦੇ ਹੋ, ਉਹ ਵੀ ਬਿਨਾਂ ਖੋਲ੍ਹੇ। ਸੋ ਲੈਟਸ ਗੈਟ ਸਟਾਰਟਡ। ਮੋਰਨੀ ਪੱਗ ਜਿਹੜੇ ਮੇਰੇ ਬੰਨਦੇ ਨੇ ਉਹਨਾਂ ਵਾਸਤੇ ਕੁਛ ਵੀ ਔਖਾ ਨਹੀਂ ਹੈ, ਬਸ ਇੰਨਾ ਕੀ ਔਖਾ ਹੋ ਸਕਦਾ ਕਿ ਉਹ ਸ਼ੀਸ਼ੇ ਦੇ ਵਿੱਚ ਜਦੋਂ ਪੱਗ ਆਪਣੀ ਦੇਖਣਗੇ ਤਾਂ ਉਹਨਾਂ ਨੂੰ ਔਕਵਰਡ ਲੱਗ ਸਕਦੀ ਹੈ। ਔਕਵਰਡ ਕਹਿਣ ਦਾ ਮਤਲਬ ਕਿ ਉਹਨਾਂ ਵਾਸਤੇ ਇੱਕ ਨਵੀਂ ਚੀਜ਼ ਹੋਏਗੀ, ਪੁੱਠੀ ਜਿਹੀ ਚੀਜ਼ ਹੋਏਗੀ, ਕਿਉਂਕਿ ਪੁੱਠੀ ਮੈਂ ਤਾਂ ਕਹਿੰਦਾ ਹੁੰਦਾ ਕਿਉਂਕਿ ਸ਼ੀਸ਼ੇ ਵਿੱਚ ਜੋ ਅਸੀਂ ਦੇਖਦੇ ਹਾਂ ਉਹ ਰਿਐਲਿਟੀ ਨਹੀਂ ਹੁੰਦੀ। ਸੋ ਮੈਂ ਜ਼ਿਆਦਾ ਪ੍ਰੈਫਰ ਕਰਦਾ ਹੁੰਦਾ ਕਿ ਜੋ ਵੀ ਤੁਸੀਂ ਬੰਨਿਆ ਹੋਇਆ ਦਸਤਾਰ ਨੂੰ ਜਾਂ ਉਹਦੇ 'ਚ ਕੋਈ ਮਿਸਟੇਕ ਕਰਨੀ ਹੈ ਤਾਂ ਆਪਣੀ ਫੋਟੋ ਖਿੱਚੋ, ਦੈਨ ਜਜਮੈਂਟ ਕਰੋ। ਸੋ ਅਸੀਂ ਸ਼ੁਰੂਆਤ ਕਰਾਂਗੇ ਕਿ ਮੋਰਨੀ ਪੱਗ ਨੂੰ ਅਸੀਂ ਪਟਿਆਲਾ ਸ਼ਾਹੀ ਕਿੱਦਾਂ ਬਣਾਉਣਾ ਹੈ। ਮੋਰਨੀ ਪੱਗ ਨੂੰ ਪਟਿਆਲਾ ਸ਼ਾਹੀ ਪੱਗ ਬਣਾਉਣ ਲਈ ਆਪ ਜੀ ਸਭ ਤੋਂ ਪਹਿਲਾਂ ਮੋਰਨੀ ਪੱਗ ਜਿਹੜੀ ਬੰਨੀ ਹੋਈ ਆ ਉਹਨੂੰ ਐਜ਼ ਇਟ ਇਜ਼ ਬੰਨਿਆ ਰਹਿਣ ਦੇਣਾ। ਪਰ ਤੁਸੀਂ ਉਹਦੇ ਦੋ ਲੜ ਖੋਲ੍ਹਣੇ ਨੇ, ਮਤਲਬ ਕਲਗੀਆਂ ਲੜ ਅਤੇ ਦੋ ਲੜ ਹੋਰ, ਠੀਕ ਹੈ ਜੀ। ਮੇਨ ਜਿਹੜੇ ਦੋ ਲੜ ਹੁੰਦੇ ਨੇ ਉਹ ਖੋਲ੍ਹਣੇ ਨੇ। ਦੈਨ ਆਪ ਜੀ ਨੇ ਆਪਣਾ ਰਾਈਟ ਸਾਈਡ ਤੋਂ ਪਹਿਲਾ ਪੱਲਾ, ਕਹਿੰਦਾ ਮਤਲਬ ਕਿ ਆਹ ਜਿਹੜਾ ਪਹਿਲਾ ਪੱਲਾ ਹੁੰਦਾ ਹੈ, ਹੱਥ ਪਾ ਕੇ ਹਲਕਾ ਚੁੱਕ ਲੈਣਾ ਉੱਪਰ ਨੂੰ। ਹਲਕੀ ਜਿਹੀ ਪੱਗ ਲੂਜ਼ ਤੁਹਾਨੂੰ ਲੱਗ ਸਕਦੀ ਹੈ ਕਿ ਹੋ ਗਈ ਹੈ, ਪਰ ਉਹ ਲੂਜ਼ ਨਹੀਂ ਹੁੰਦੀ, ਹਲਕੀ ਸੋਫਟ ਜਿਹੀ ਹੋ ਜਾਂਦੀ ਹੈ ਇਹਦੇ ਨਾਲ ਚੱਕਣ ਦੇ ਨਾਲ। ਦੈਨ ਆਪ ਜੀ ਨੇ ਉੱਥੇ ਸੈਕਿੰਡ ਪੱਲਾ ਉਹਦੇ ਨਾਲ ਹਲਕਾ ਜਿਹਾ ਮਿਣਤੀ ਰੱਖ ਕੇ ਇੱਕ ਉਂਗਲ ਦੀ ਉੱਥੇ ਲਾ ਲੈਣਾ। ਤੀਜਾ ਪੱਲਾ ਆਪਣੇ ਵੀ ਪੋਜੀਸ਼ਨ 'ਤੇ ਹੋਏਗਾ। ਦੈਨ ਜਿਹੜਾ ਪੱਲਾ ਖੋਲ੍ਹਿਆ ਹੋਇਆ ਉਹ ਨਾਲ ਲਗਾਉਣਾ ਹੈ ਇੱਕ ਉਂਗਲ ਦਾ ਡਿਸਟੈਂਸ ਰੱਖ ਕੇ। ਪਟਿਆਲਾ ਸ਼ਾਹੀ ਪੱਗ ਵਾਂਗੂ ਸ਼ੇਪ ਬਣਾਉਂਦੇ ਹੋਏ ਟੇਢਾ ਜਿਹਾ ਪੱਲਾ ਲੈਣਾ ਲੈਫਟ ਸਾਈਡ ਤੋਂ, ਘੁਮਾ ਕੇ ਅਗੇਨ ਰਾਈਟ ਸਾਈਡ ਤੋਂ ਲੜ ਜਿਹੜਾ ਹਲਕਾ ਨੀਚੇ ਲਾਉਣਾ ਹੈ। ਅਖੀਰਲਾ ਪੱਲਾ, ਛੇਵਾਂ ਪੱਲਾ ਬਿਲਕੁਲ ਨੋ ਦੇ ਸੈਂਟਰ 'ਤੇ ਪਿੰਚ ਕਰਕੇ ਬਿਲਕੁਲ ਟੌਪ 'ਤੇ ਲੈ ਜਾਣਾ। ਦੈਨ ਆਪਣਾ ਤੁਸੀਂ ਕਲਗੀ ਅੱਲੜ ਲਾਉਣਾ ਹੈ। ਇਸ ਤਰੀਕੇ ਨਾਲ ਤੁਹਾਡੀ ਜਿਹੜੀ ਮੋਰਨੀ ਪੱਗ ਤੋਂ ਪਟਿਆਲਾ ਸ਼ਾਹੀ ਪੱਗ ਕਨਵਰਟ ਹੋ ਜਾਵੇਗੀ। ਸੋ ਇਸ ਟਿਪ ਨੂੰ ਯੂਜ਼ ਕਰੋ, ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵਾਲਾ ਟਿਪ ਜਿਹੜਾ ਕਿੱਦਾਂ ਲੱਗਿਆ। ਜਿਹੜੇ ਮੇਰੇ ਵੀਰ ਪਟਿਆਲਾ ਸ਼ਾਹੀ ਪੱਗ ਬਣਨੀ ਚਾਹੁੰਦੇ ਨੇ ਅਤੇ ਮੋਰਨੀ ਪੱਗ ਬਣਨੀ ਚਾਹੁੰਦੇ, ਜਿਹੜੇ ਬਿਗਿਨਰਸ ਨੇ ਉਹ ਸਾਡੀਆਂ ਹੋਰ ਵੀ ਵੀਡੀਓਜ਼ ਦੇਖ ਸਕਦੇ ਨੇ। ਨੀਅਰ ਅਬਾਊਟ 200 ਵੀਡੀਓਜ਼ ਨੇ ਸਾਡੇ ਚੈਨਲ ਦੇ ਉੱਪਰ ਗੁਰੂ ਸਾਹਿਬ ਦੀ ਕਿਰਪਾ ਨਾਲ, ਉਹਨਾਂ ਨੂੰ ਵੀ ਜ਼ਰੂਰ ਦੇਖਿਆ ਕਰੋ। ਟਿਪ ਆਫ ਦਾ ਡੇ ਜ਼ਰੂਰ ਦੇਖਿਆ ਕਰੋ, ਆਲਮੋਸਟ ਸਾਰੇ ਟਿਪਸ ਅਸੀਂ ਦੇ ਚੁੱਕੇ ਹਾਂ ਪਰ ਹੋਰ ਵੀ ਹਜੇ ਬਾਕੀ ਨੇ। ਹੁਣ ਤੁਸੀਂ ਵੇਟ ਕਰੋ ਨਵੀਂ ਵੀਡੀਓ ਲਈ, ਉਹਦੀ ਦੇਰ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।